ਸਤਿ ਸ਼੍ਰੀ ਅਕਾਲ ਜੀ, ਕਿਸ ਵਕਤ ਵਾਲੇ ਕੀ ਹਾਲ ਚਾਲ ਨੇ। ਜਿੱਦਾਂ ਕਿ ਤੁਹਾਨੂੰ ਪਤਾ, 15-20 ਦਿਨ ਪਹਿਲਾਂ ਗੁਰਜੰਟ ਸਿੰਘ ਨੇ ਬਹੁਤ ਬਾਈ ਬਾਬੂ ਮਾਂ ਨੂੰ ਗਲਤ ਬੋਲਿਆ ਸੀ। ਯਾਰ ਇਹ ਬੰਦਾ ਚਾਹੁੰਦਾ ਕੀ ਆ, ਸਮਝ ਨਹੀਂ ਲੱਗਦੀ। ਬਿਨਾਂ ਸੋਚੇ, ਬਿਨਾਂ ਸਮਝੇ, ਬਿਨਾਂ ਸੁਣੇ ਬਾਈ ਨੂੰ ਗਲਤ ਬੋਲੀ ਜਾ ਰਿਹਾ ਆ। ਇਹ ਸੱਚੀਓ ਸਿੱਖ, ਇਹਨੇ ਅੱਜ ਤੱਕ ਸਿੱਖ ਧਰਮ ਦੇ ਲਈ ਕੀ ਕੀਤਾ? ਸੇਫ ਜਗ੍ਹਾ ਨਹੀਂ ਕੋਈ ਕੌਮਾਂ ਵਰਗੀ। ਇਹ ਗਾਣੇ ਸੁਣ ਲਏ, ਕੌਮ ਦੇ ਹੀਰੇ ਨਹੀਂ ਇਹਨੂੰ ਸੁਣੇ? ਉਹ ਗੀਤ ਨਹੀਂ ਇਹ ਸੁਣਦਾ? 84 ਦੇ ਦੰਗਿਆਂ 'ਤੇ ਜਿਹੜੀ ਬਾਈ ਨੇ ਫਿਲਮ ਬਣਾਈ ਸੀ, ਉਹ ਨਹੀਂ ਦੇਖੀ ਇਹ? ਉਹ ਨਹੀਂ ਦੇਖਦਾ ਯਾਰ? ਇਹ ਪਤਾ ਨਹੀਂ ਕੀ ਚਾਹੁੰਦਾ ਆ। ਕਿਤੇ ਪੰਜਾਬ ਆ ਜਾਵੇ ਤਾਂ ਫਿਰ ਦੱਸ ਦਈਏ, ਐਵੇਂ ਮੂੰਹ ਚੱਕ ਕੇ ਘੰਟੇ ਘੰਟੇ ਦਾ ਲਾਈਵ ਪਾਉਣ ਦਾ, ਜਾਂ ਤਾਂ ਕੁਛ ਕਰਕੇ ਦਿਖਾ ਲਏ। ਲਾਈਵ ਪਾਉਣ ਨਾਲ ਕੀ ਹੋਣਾ? ਜਾਂ ਤਾਂ ਪੰਜਾਬ ਆਵੇ, ਇੱਥੇ ਆ ਕੇ ਪਾਵੇ ਲਾਈਵ, ਫਿਰ ਲਾਈਵ ਤਾਂ ਦੂਰ ਦੀ ਗੱਲ, ਫੋਨ ਫੜਨ ਜੋਗਾ ਵੀ ਨਹੀਂ ਛੱਡਣਾ। ਐਵੇਂ ਬੇਸਮਝੇ ਬਾਈ ਨੂੰ ਗੁਆ ਕਹੀ ਜਾਂਦਾ ਆ। ਜਾਂ ਤਾਂ ਸਾਰੇ ਗਾਣੇ ਬਾਈ ਦੇ ਵਿਸ਼ਾਲ। ਬਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਸੋ ਕੱਲ੍ਹ ਨੂੰ ਪਾਵਾਂਗੇ ਇਹਦੇ ਬਾਰੇ ਲਾਈਵ। ਮੇਰਾ ਭਰਾ ਨਿਰਗੁਣ ਦੀਆਂ ਲਿਖੀਆਂ ਲਾਈਨਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਾਈਵ ਹੋ ਕੇ। ਹਾਂ, ਅਤੇ ਸੋ ਗੁਰਜੰਟ ਸਿੰਘ ਨੂੰ ਬੇਨਤੀ ਆ ਕਿ ਭਾਈ ਤੂੰ ਬਿਨਾਂ ਦੁਆ ਕਰੇ ਬਾਈ ਨੂੰ ਨਾ ਗਲਤ ਬੋਲ, ਐਵੇਂ ਪਛਤਾਏਗਾ। ਵੀ ਜਾਂ ਤਾਂ ਤੂੰ ਇੰਡੀਆ ਆ, ਬਾਈ ਨਾਲ ਸਿੱਧੀ ਗੱਲ ਕਰ, ਐਵੇਂ ਫੇਸਬੁੱਕ 'ਤੇ ਲਾਈਵ ਪਾ ਕੇ ਤੂੰ ਆਹ ਕਰ ਦੂੰ ਉਹ ਕਰ ਦੂੰ, ਜਾਂ ਤਾਂ ਕੁਛ ਕਰਕੇ ਦਿਖਾ ਲਾ। ਲੱਚਰ ਤਾਂ ਤੂੰ ਕਹਿੰਦਾ ਲੱਚਰ ਤਾਂ, ਕਿਉਂਕਿ ਬਾਕੀ ਸਿੰਗਰਾਂ ਦੇ ਗਾਣੇ 'ਚ ਲੱਚਰ ਤਾਂ ਹੈ ਨਹੀਂ। ਦਲਜੀਤ ਦੇ ਗਾਣੇ 15 ਸਾਲਾਂ ਤੋਂ ਘੱਟ ਕੁੜੀਏ ਤੈਨੂੰ ਉਹ ਨਹੀਂ ਦਿਸਦੇ? ਉੱਤੇ ਵੀ ਕਿੰਤੂ ਪਰੰਤੂ ਕਰਿਆ ਕਰ, ਤੈਨੂੰ ਬਾਈ ਦੇ ਗਾਣੇ ਦੀਦੇ ਆ? ਜੇ ਤੂੰ ਸੱਚੀ ਗੁਰੂ ਦਾ ਸਿੱਖ ਤਾਂ ਸਿੱਖੀ ਲਈ ਕੁਛ ਕਰਕੇ ਦਿਖਾ। ਤੂੰ ਅੱਜ ਤੱਕ ਕੀਤਾ ਕੁਛ ਬਾਈ ਦੀ ਜਿਹੜੀ ਵਨ ਹੋਪ ਵਨ ਚਾਂਸ ਦੂਆ ਆਪਣੇ, ਉਹਦੇ ਵਿੱਚ ਕਦੇ ਪੈਸੇ ਭੇਜੇ ਤੂੰ? ਬਾਈ ਨੇ ਤਾਂ ਉਹ ਬਣਾਈ, ਉਹ ਤੂੰ ਕੀ ਕੀਤਾ? ਤੂੰ ਬਣਾਈ ਕੋਈ ਕਿਸੇ ਗਰੀਬ ਨੂੰ 10 ਰੁਪਏ ਦਿੱਤੇ? ਮੂੰਹ ਚੱਕ ਕੇ ਕਹਿੰਦਾ ਕਿ ਲੱਚਰ ਤਾਂ ਇੱਦਾਂ ਆ ਉੱਦਾਂ ਆ, ਜੇ ਫਲਾਣਾ ਜੇ ਵੋ। ਦੀਪ ਮੇਲੂ ਬਾਈ, ਮਿੰਦਰ ਪਠਲਾਵੀਆ ਅੱਤ, ਥੈਂਕ ਯੂ ਬਾਈ। ਬਾਕੀ ਕੱਲ੍ਹ ਨੂੰ ਇਹਦੇ ਬਾਰੇ ਲਾਈ ਪਾਵਾਂਗੇ। ਸੋ ਥੈਂਕ ਯੂ ਸਾਰਿਆਂ ਦਾ। ਚਰਨਜੀਤ ਕੌਰ, ਥੈਂਕ ਯੂ ਜੀ, ਧੰਨਵਾਦ ਜੀ।